ਤੇ ਉਧਰ ਆਸਟ੍ਰੇਲੀਆ ਦੀ ਸੰਸਦ ਨੇ ਪਹਿਲੀ ਵਾਰ ਯੋਗ ਦਿਵਸ ਸੈਸ਼ਨ ਦਾ ਆਯੋਜਨ ਕੀਤਾ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਸਨੇ ਕਈ ਸੰਸਦ ਮੈਂਬਰਾਂ ਨੇ ਵੱਖ-ਵੱਖ ਆਸਨ ਕੀਤੇ ਇਸ ਮਹੀਨੇ 21 ਤਾਰੀਖ ਨੂੰ ਹੋਣ ਵਾਲੇ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੱਦੇਨਜ਼ਰ ਸਰਕਾਰ ਨੇ ਕੈਨਬਰਾ ਸਥਿਤ ਕਮਿਊਨਿਟੀ ਰੂਮ ਵਿੱਚ ਯੋਗ ਸੈਸ਼ਨ ਦਾ ਆਯੋਜਨ ਕੀਤਾ ਇਸ ਦਾ ਆਯੋਜਨ ਮਿਲਬੋਰਨ ਸਥਿਤ ਵਾਸੂਦੇਵ ਯੋਗ ਸਮੂਹ ਨੇ ਕੀਤਾ ਅਤੇ 2 ਘੰਟੇ ਤੱਕ ਚੱਲੇ ਇਸ ਯੋਗ ਸਮਾਗਮ ਵਿੱਚ 50 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਐਬਟ ਨੇ ਦੱਸਿਆ ਕਿ ਯੋਗ ਦਿਵਸ ਨੂੰ ਆਸਟ੍ਰੇਲੀਆ ਦੀ ਸੰਸਦ ਵਿੱਚ ਅੱਜ ਮਾਨਤਾ ਦੇ ਕੇ ਮਾਣ ਮਹਿਸੂਸ ਹੋ ਰਿਹਾ ਅਤੇ 7 ਸਾਲਾ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਦਾ ਅਭਿਆਸ ਕਰਨ ਨਾਲ ਸਿਆਸੀ ਨੇਤਾਵਾਂ ਨੂੰ ਤਣਾਅਪੂਰਨ ਅਤੇ ਵਿਅਸਤ ਸਮਾਜਿਕ ਜੀਵਨ ਤੋਂ ਰਾਹਤ ਮਿਲ ਸਕਦੀ ਹੈ।